ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਨ ਵਾਲੀ ਖੁਸ਼ਬੀਰ ਕੌਰ ਦਾ ਅੰਮ੍ਰਿਤਸਰ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰੇਲਵੇ ਸਟੇਸ਼ਨ ਉੱਤੇ ਖੁਸ਼ਬੀਰ ਦੇ ਪਰਿਵਾਰਕ ਮੈਂਬਰ, ਕੋਚ ਅਤੇ ਕਾਲਜ ਪ੍ਰਬੰਧਕਾਂ ਨੇ ਉਸ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਖੁਸ਼ਬੀਰ ਕੌਰ ਦੇ ਖਾਲਸਾ ਕਾਲਜ ਫਾਰ ਵੂਮੈਨ ਪਹੁੰਚਣ ਤੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਪ੍ਰੋਫੈਸਰਾਂ ਨੇ ਨੱਚ ਗਾ ਕੇ ਅਤੇ ਪਟਾਕੇ ਚਲਾ ਕੇ ਖੁਸ਼ਬੀਰ ਕੌਰ ਦੀ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਖੁਸ਼ਬੀਰ ਨੇ ਕਿਹਾ ਕਿ ਦੇਸ਼ ਲਈ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਜੋ ਖੁਸ਼ੀ ਉਸ ਨੂੰ ਹਾਸਲ ਹੋਈ ਹੈ ਉਹ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਜਿੱਤ ਦਾ ਸਿਹਰਾ ਉਸ ਨੇ ਆਪਣੇ ਮਾਂ ਬਾਪ, ਕਾਲਜ ਪ੍ਰਬੰਧਕਾਂ ਅਤੇ ਕੋਚ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਬੇਸਿਕ ਦੇ ਲਈ ਤਿਆਰ ਕੀਤਾ ਸੀ ਅਤੇ ਇਸੇ ਦੇ ਚੱਲਦੇ ਉਹ ਸਿਲਵਰ ਮੈਡਲ ਹਾਸਲ ਕਰ ਸਕੀ ਹੈ। ਖੁਸ਼ਬੀਰ ਕੌਰ ਦੇ ਮੁਤਾਬਕ ਹੁਣ ਉਸ ਦਾ ਅਗਲਾ ਨਿਸ਼ਾਨਾ ਰਿਓ ਓਲੰਪਿਕ ਵਿੱਚ ਦੇਸ਼ ਦੇ ਲਈ ਮੈਡਲ ਹਾਸਲ ਕਰਨਾ ਹੈ। यहाँ तक मुकाम पे पहुँचाया है परमात्मा ने मुझे और मेरे परिवार मेरे गांव से आई पंचायत मेंबर सूरपुर से एंड मेरे कॉलेज से और मेरे कोचिस जितने भी मेरे कोचिस आए हैं उनका मैं सबसे पहले शुक्रिया अदा करना चाहूँगी कि मुझे इतना बड़ा सम्मान दिया है। खास तौर पे मैं बलदेव सर का शुक्रिया अदा करना चाहूँगी कि उन्होंने मुझे बेसिकली ट्रेनिंग दे के यहाँ तक पहुँचाया है और मैं उनको बहुत बहुत धन्यवाद बहुत बहुत शुक्रिया अदा करना चाहूँगी कि मुझे आज इतना बड़ा मान सम्मान दिया है कि आज मैं सिल्वर मेडल जीतकर मुझे आज बहुत ज़्यादा खुशी महसूस हो रही है और मुझे विश्वास दिलाऊंगी कि मैं आने वाले 2016 रियो ओलंपिक में अच्छा परफॉर्मेंस करके दिखाऊंगी। खबरों की दुनिया में आओ साडे नाल कदे भी किते भी जुड़ो। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।